तू बोलता मैनू आए आ मैनू कानून सिखाउना ते तेरा चल मैं सीट बेल्ट दा करदा 1000 रुपया ठोके तेन फिर सवाला मैनू ही आके कहिंदे मैं तेरा जैबरा क्रॉसिंग दा चलान करदा वैसे थोड़े सीट बेल्ट नहीं लगी। मैं कहा सर तो आवे हुण देखो सामने थोड़े जैबरा क्रॉसिंग तो अगे खड़े आ ना सारे। मैं कहा सारे खड़े आ फिर कहिंदे तू दस किहड़ा करवाउणा। आ देखो नौजवान ने पुलिस दे प्रशासन दे बावजूद भी देखो अपनी जान नू किवें खतरे च पा रहे ने तीन नौजवान। ਤੁਸੀਂ ਖੁਦ ਮੁਲਾਜ਼ਮ ਹੋ ਕੇ ਟ੍ਰੈਫਿਕ ਨਿਯਮ ਤੋੜ ਰਹੇ ਹੋ, ਕ੍ਰੋਸ ਕੀਤੀ ਹੈ। ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚੈਨਲ ਸ਼ੈਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਆਪਾਂ ਖੜੇ ਹਾਂ ਸੜਕ ਤੇ ਉਹ ਵੀ ਖਰੜ ਦੇ ਜਿੱਥੇ ਲੱਗਦੇ ਨੇ ਜਾਮ। ਤੁਹਾਨੂੰ ਦੇਖ ਲਓ ਕਿਵੇਂ ਜਾਮ ਲੱਗਦੇ ਨੇ। ਆਖਰ ਜਿਹੜੀ ਇਹ ਸਮੇਂ ਸਥਿਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਪੂਰੀ ਤਰ੍ਹਾਂ ਬਣੀ ਹੋਈ ਹੈ ਤੇ ਉਹ ਦੇਖੋ ਕਿ ਚੱਲਦੀ ਗੱਡੀ ਦਾ ਵੀ ਚਲਾਨ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਪਰੇਸ਼ਾਨ ਲੋਕ ਨੇ ਪਰ ਡਿਸਿਪਲਿਨ ਤਾਂ ਸਿੱਖਦੇ ਨੇ ਜਦੋਂ ਇਹਨਾਂ ਦਾ ਚਲਾਨ ਹੁੰਦਾ ਹੈ। ਇੱਕ ਚੀਜ਼ ਹੋਰ ਵੀ ਦਿਖਾਇਆ ਜਾਵੇ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਚਲਾਨ ਕਿਵੇਂ? ਇਹ ਅਫਸਰਾਂ ਦੀਆਂ ਹਦਾਇਤਾਂ ਜੀ ਉੱਪਰ ਤੇ। ਕਿਹਦੀ ਦਾ ਚਲਾਨ? ਇਹ ਸੀਟ ਬੈਲਟ ਦਾ ਜੀ। ਹਾਂਜੀ। ਤੇ ਬਾਈ ਜੀ ਤੁਹਾਨੂੰ ਪਤਾ ਹੈ ਤੁਸੀਂ ਖੁਦ ਇੱਕ ਪਰਿਵਾਰ ਨਾਲ ਜਾ ਰਹੇ ਹੋ, ਬੈਲਟ ਨਹੀਂ ਲਾ ਰਹੇ। ਮੈਂ ਸਰ ਉਹ ਸਾਹਮਣੇ ਤੁਰਿਆ, ਮੇਰੀ ਵਾਈਫ ਪ੍ਰੈਗਨੈਂਟ ਹੈ, ਉਹ ਢਿੱਲੀ ਹੈ, ਉਹਨੂੰ ਘਬਰਾਹਟ ਹੋ ਰਹੀ ਹੈ ਤੇ ਉਹ ਤੁਰਦੇ ਤੁਰਦੇ ਮੈਂ ਇੱਥੇ ਆ ਗਿਆ। ਇਹ ਸਾਰਾ ਮੈਨੂੰ ਕਹਿੰਦੇ ਜੈਬਰਾ ਕ੍ਰੋਸਿੰਗ ਦਾ ਕਰਦਾ ਤੇ ਮੈਂ ਕਿਹਾ ਜੀ ਜੈਬਰਾ ਕ੍ਰੋਸਿੰਗ ਕ੍ਰੋਸ ਕੀਤੀ, ਸਾਰੀਆਂ ਗੱਡੀਆਂ ਅੱਗੇ ਖੜੀਆਂ। ਇਹਨਾਂ ਨੇ ਸੀਟ ਬੈਲਟ ਦਾ ਕਰਤਾ ਜੀ। ਸੀਟ ਬੈਲਟ ਜਦ ਸੀਟ ਬੈਲਟ ਹੀ ਲਾਈ ਦੇ, ਸੀਟ ਬੈਲਟ ਹੀ ਕਰੂੰਗਾ ਜੀ। ਇਹ ਜੈਬਰਾ ਵਾਲਾ ਜਿਹੜਾ ਗੱਲ ਜੈਬਰਾ ਵਾਲਾ ਤਾਂ ਇਹ ਹੈ ਜੀ ਭਈ ਜੇ ਇਹ ਕੰਪਰੋਮਾਈਜ਼ ਕਰਦੇ ਮੇਰੇ ਨਾਲ, ਮੈਂ ਤਾਂ ਜੈਬਰਾ ਕ੍ਰੋਸਿੰਗ ਦਾ ਕਰ ਦਿੰਦਾ। ਮੈਂ ਕੌਂਸਲਰ ਹਾਂ ਮੋਗਾ ਤੋਂ, ਵਾਰਡ ਨੰਬਰ 2 ਤੋਂ। ਇਹਨਾਂ ਨੇ ਮੈਨੂੰ ਕਿਹਾ ਵੀ ਮੈਂ ਜੈਬਰਾ ਕ੍ਰੋਸਿੰਗ ਦਾ ਤੇਰਾ ਕਰਦਾ ਤੇ ਮੈਂ ਇੱਥੇ ਖੜਾ। ਮੈਂ ਕਿਹਾ ਸਾਰੀਆਂ ਗੱਡੀਆਂ ਜੈਬਰਾ ਕ੍ਰੋਸਿੰਗ ਗਾਂ ਕੀਤੀਆਂ ਗਈਆਂ। ਮੈਨੂੰ ਕਹਿੰਦੇ ਚਲ ਫਿਰ ਮੈਂ ਸੀਟ ਬੈਲਟ ਦਾ ਕਰ ਦੇਣਾ, ਆਪਦੀ ਮਰਜ਼ੀ ਨਾਲ ਚਲਾਨ ਕਰ ਰਹੇ ਆ। ਤੁਸੀਂ ਸੀਟ ਬੈਲਟ ਲਾਈ ਸੀ ਕਿ ਨਹੀਂ? ਮੇਰੇ ਲੱਗੀ ਵੀ ਸੀ ਮੈਡਮ ਦੇ। ਮੈਡਮ ਦੇ ਜੀ ਉਹ ਇੱਕ ਉਹ ਕਹਿੰਦੇ ਨੇ ਪ੍ਰੈਗਨੈਂਟ ਲੇਡੀ ਆ, ਪਰ ਉਹਨੇ ਪ੍ਰੈਗਨੈਂਟ ਦਾ ਜੀ ਕੋਈ ਹੋਰ ਮੇਰੇ ਕੋਲ ਕਿਹੜਾ ਡਾਕਟਰ ਦੀ ਕੋਈ ਰਿਪੋਰਟ ਹੋ ਕਿ ਮੈਨੂੰ ਕੋਈ ਲੋੜ ਨਹੀਂ ਆ, ਮੈਂ 87 ਨੰਬਰ ਚਲਾਨ ਕੀਤਾ ਜਾਂਦਾ। ਇਹ ਤਾਂ ਕਹਿੰਦੇ ਨੇ ਕਿ ਸਰ ਮੇਰੀ ਬੇਨਤੀ ਸੁਣੋ, ਮੇਰੀ ਵਾਈਫ ਪ੍ਰੈਗਨੈਂਟ ਹੈ, ਢਿੱਲੀ ਆ, ਉਹਨੂੰ ਘਬਰਾਹਟ ਹੋ ਰਹੀ ਆ, ਮੈਂ ਉਹਦੇ ਸੀਟ ਬੈਲਟ ਨਹੀਂ ਲੱਗੀ, ਮੇਰੇ ਲੱਗੀ ਆ। ਠੀਕ ਹੈ ਜੀ। ਮੈਨੂੰ ਇਹ ਆ ਕੇ ਕਹਿੰਦੇ ਮੈਂ ਤੇਰਾ ਜੈਬਰਾ ਕ੍ਰੋਸਿੰਗ ਦਾ ਚਲਾਨ ਕਰਦਾ, ਵੈਸੇ ਤੁਹਾਡੇ ਸੀਟ ਬੈਲਟ ਨਹੀਂ ਲੱਗੀ। ਮੈਂ ਕਿਹਾ ਸਰ ਉਹ ਤਾਂ ਆਵੇ ਹੁਣ ਦੇਖੋ ਸਾਹਮਣੇ ਤੁਹਾਡੇ ਜੈਬਰਾ ਕ੍ਰੋਸਿੰਗ ਤੋਂ ਅੱਗੇ ਖੜੇ ਆ ਨਾ ਸਾਰੇ। ਮੈਂ ਕਿਹਾ ਸਾਰੇ ਖੜੇ ਆ, ਫਿਰ ਕਹਿੰਦੇ ਤੂੰ ਦੱਸ ਕਿਹੜਾ ਕਰਾਉਣਾ। ਮੈਂ ਕਿਹਾ ਸਰ ਤੂੰ ਕਹਿੰਦੇ ਕਿ ਤੂੰ ਬੋਲਦਾ ਮੈਨੂੰ ਆਏ ਆ ਮੈਨੂੰ ਕਾਨੂੰਨ ਸਿਖਾਉਣਾ ਤੇ ਤੇਰਾ ਚੱਲ ਮੈਂ ਸੀਟ ਬੈਲਟ ਦਾ ਕਰਦਾ, 1000 ਰੁਪਇਆ ਠੋਕੇ ਤੈਨੂੰ ਫਿਰ ਸਵਾਦ ਆਊ। ਹਾਂਜੀ ਭਾਈ ਜੀ, ਕੀ ਦਿੱਕਤ ਆ? ਦਿੱਕਤ ਇਹ ਹੈ ਜੀ ਆਪਣੇ ਲਾਈਟ ਨਹੀਂ ਹੈਗੀ ਇੱਥੇ, ਟ੍ਰੈਫਿਕ ਬਹੁਤ ਜ਼ਿਆਦਾ ਹੈ, ਪੂਰੇ ਇੱਥੇ ਜਿੰਨੇ ਵੀ ਵੱਡੇ ਟਰੱਕ ਹੈ, ਵੱਡੀਆਂ ਵਹੀਕਲਾਂ ਸਾਰੀਆਂ ਇੱਥੋਂ ਦੀਆਂ ਜਾ ਰਹੀਆਂ। ਦੀਵਾਲੀ ਕਰਕੇ ਲੋਕ ਕੋਈ ਆਪਣੇ ਘਰ ਨੂੰ ਜਾ ਰਿਹਾ, ਕੋਈ ਸ਼ਾਪਿੰਗ ਕਰ ਰਿਹਾ, ਇਸ ਕਰਕੇ ਜਾਮ ਲੱਗਿਆ ਹੈ ਜੀ। ਜਿਵੇਂ ਤਿਉਹਾਰਾਂ ਦਾ ਮੌਸਮ ਹੈ ਕਿ ਮੁਲਾਜ਼ਮ ਪੂਰੇ ਨੇ? ਮੁਲਾਜ਼ਮ ਪੂਰੇ ਜੀ, ਡਿਊਟੀ ਬਹੁਤ ਜ਼ਿਆਦਾ ਹੈ ਜੀ, ਇੱਥੇ ਮੁਲਾਜ਼ਮ ਬਹੁਤ ਘੱਟ ਹੈ, ਇਹ ਕਰਕੇ ਡਿਊਟੀ ਜਾਣੀ। ਕਿੰਨੇ ਮੁਲਾਜ਼ਮ ਚਾਹੀਦੇ ਇੱਥੇ? ਆਪਣੇ 9 ਮੁਲਾਜ਼ਮ ਹੈ ਜੀ, ਜੇ ਆਪਾਂ ਨੂੰ ਹੋਰ ਮੁਲਾਜ਼ਮ ਮਿਲ ਜਾਵੇ ਤਾਂ ਕਿ ਆਪਣਾ ਸੌਖਾ ਆਪਣੇ ਟਰੈਫਿਕ ਨਿਕਲ ਸਕੇ ਜੀ। ਅਤੇ ਜਿਹੜੀਆਂ ਟਰੈਫਿਕ ਲਾਈਟਾਂ ਲਾਈਆਂ ਗਈਆਂ ਨੇ ਇਹਦਾ ਚੱਲੀਆਂ ਨੇ ਕਿੰਨੀਆਂ? ਨਹੀਂ ਜੀ, ਅਜੇ ਲਾ ਰਹੇ ਜੀ, ਅਜੇ ਕੋਈ ਕਨੈਕਸ਼ਨ ਨਹੀਂ ਹੋਇਆ ਜੀ। ਇਹ ਤੋਂ ਬਾਅਦ ਕੀ ਰਾਹਤ ਮਿਲੂਗੀ? ਦੇਖੋ ਜੀ, ਇਹਦੇ ਚੱਲਣ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਵੀ ਪਬਲਿਕ ਕਿੰਨਾ ਕੁ ਸਾਨੂੰ ਸਹਿਯੋਗ ਦੇ ਰਹੀ ਹੈ ਜੀ। ਤੇ ਆਓ ਆਪਾਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ, ਲੋਕਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇੱਥੇ ਤੁਹਾਨੂੰ ਕੀ ਦਿੱਕਤਾਂ ਆਉਂਦੀਆਂ ਨੇ? ਟ੍ਰੈਫਿਕ ਦੀ ਬੜੀ ਦਿੱਕਤ ਆ ਜੀ। ਪ੍ਰਸ਼ਾਸਨ ਤੁਹਾਨੂੰ ਵੱਲੋਂ ਤੰਗ ਕੀਤਾ ਜਾਂਦਾ ਨਜਾਇਜ਼? ਹਾਂਜੀ ਹਾਂ, ਇਹ ਤਾਂ ਜਦੋਂ ਮੂਹਰੇ ਮਾਰੇ ਸਵਾਰੀ ਬੈਠ ਜਾਂਦੀ ਹੈ ਫਿਰ ਕਰਦੇ ਆ ਜੀ। ਗਲਤੀ ਤਾਂ ਤੁਹਾਡੀ ਨਹੀਂ, ਗਲਤੀ ਤਾਂ ਹੁੰਦੀ ਹੈ ਯਾਰ, ਕਈ ਦਫਾ ਬੈਠ ਜਾਂਦੇ ਗਏ ਹੁੰਦਾ ਨਾ। ਹੋਰ ਵੀ ਜ਼ਬਰਦਸਤੀ ਵੀ ਤੰਗ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ? ਨਹੀਂ ਜ਼ਬਰਦਸਤੀ ਤਾਂ ਕੋਈ ਨਹੀਂ ਜੀ, ਜਦੋਂ ਗਲਤੀ ਹੁੰਦੀ ਉਦੋਂ ਹੀ ਉਹ ਕਰਦੇ ਆ। ਉਹ ਵੀ ਪ੍ਰਸ਼ਾਸਨ ਦਾ ਇੱਕ ਮੁਲਾਜ਼ਮ ਹੈ ਜੇ ਉਹ ਦੇਖਦੇ ਆ, ਤੇ ਆਓ ਉਹਨਾਂ ਨਾਲ ਗੱਲ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ। ਬਾਈ ਤੁਸੀਂ ਖੁਦ ਮੁਲਾਜ਼ਮ ਹੋ ਗਏ, ਟ੍ਰੈਫਿਕ ਨਿਯਮ ਤੋੜ ਰਹੇ ਹੋ, ਕ੍ਰੋਸ ਕੀਤੀ ਹੈ, ਆਓ ਬਾਈ ਜੀ ਨਾਲ ਗੱਲ ਕਰਦੇ ਆ। ਬਾਈ ਜੀ ਗੱਲ ਦੱਸੋ ਕਿ ਤੁਸੀਂ ਇੱਥੇ ਰੋਜ਼ ਲੰਘਦੇ ਹੋ, ਕਿੰਨਾ ਪਰੇਸ਼ਾਨ ਹੋ? ਟ੍ਰੈਫਿਕ ਜ਼ਿਆਦਾ ਜੀ। ਅੱਛਾ, ਇਹਦੇ 'ਚ ਕਤਾਈ ਕਿਹਦੀ ਹੈ? ਕਿਆ ਕਰਦੇ ਆ ਜੀ? ਜਿਹੜੀਆਂ ਲਾਈਟਾਂ ਲੱਗੀਆਂ ਨੇ, ਸਕੂਨ ਮਿਲੂ, ਰਾਹਤ ਮਿਲੂ? ਬਾਹਰ ਰੁਕਣਾ ਪੈਣਾ ਜੀ ਫਿਰ ਬੰਦਿਆਂ ਨੂੰ। ਹਾਂਜੀ ਲਾ ਲਓ। ਆ ਦੇਖੋ ਨੌਜਵਾਨ ਨੇ ਪੁਲਿਸ ਦੇ ਪ੍ਰਸ਼ਾਸਨ ਦੇ ਬਾਵਜੂਦ ਵੀ ਦੇਖੋ ਆਪਣੀ ਜਾਨ ਨੂੰ ਕਿਵੇਂ ਖਤਰੇ 'ਚ ਪਾ ਰਹੇ ਨੇ ਤਿੰਨ ਨੌਜਵਾਨ। ਅਤੇ ਹੋਰ ਵੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ, ਉੱਬੜ ਖੁੱਬੜ ਦਾ ਮਾਹੌਲ ਹੈ, ਇੱਥੇ ਕੋਈ ਕਿਸੇ ਨੂੰ ਪਰਵਾਹ ਨਹੀਂ। ਇਹ ਨੌਜਵਾਨ ਹੈ ਜਿਸ ਨੂੰ ਆਪਣੇ ਨਾਲ ਪਿਆਰ ਨਹੀਂ ਲੱਗਦਾ, ਅਤੇ ਨਾਲ ਨਾਲ ਤੁਹਾਨੂੰ ਦੇਖਦੇ ਹਾਂ ਕਿ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਜਿਹੜਾ ਮਾਹੌਲ ਹੈ ਉਹ ਇਹੋ ਜਿਹਾ ਬਣਿਆ ਹੋਇਆ ਹੈ। ਫਿਲਹਾਲ
ਆਪਾਂ ਸਿੰਘ ਸਾਹਿਬ ਨਾਲ ਗੱਲ ਕਰਦੇ ਹਾਂ। ਜਾਮ ਤਾਂ ਟ੍ਰੈਫਿਕ ਵੇਲੇ ਖੁੱਲ੍ਹ ਹੋਇਆ, ਜਿਹੜੇ ਪੁਲਿਸ ਵਾਲੇ ਖੜ੍ਹੇ ਆ ਢੰਗ ਗੱਲ ਰੋਕਣ। ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ, ਲਾਈਟਾਂ ਵੀ ਲੱਗ ਗਈਆਂ ਨੇ, ਚਾਹੇ ਉਹ ਵਰਕਿੰਗ 'ਚ ਨਹੀਂ। ਇੱਕ ਇੰਨਾ ਜ਼ਰੂਰ ਹੈ ਕਿ ਲੋਕਾਂ ਨੂੰ ਆਸ ਹੈ ਕਿ ਲਾਈਟਾਂ ਦੇ ਸ਼ੁਰੂ ਹੋਣ ਨਾਲ ਟ੍ਰੈਫਿਕ ਹੈ ਉਹ ਕੰਟਰੋਲ 'ਚ ਹੋਣਾ ਲੱਗ ਜਾਵੇਗਾ ਅਤੇ ਜਾਮ ਲੱਗਣੇ ਬੰਦ ਹੋ ਜਾਣਗੇ। ਪਰ ਸਵਾਲ ਉੱਥੇ ਹੀ ਖੜ੍ਹਾ ਹੈ, ਮੁਲਾਜ਼ਮਾਂ ਦੀ ਕਮੀ ਅਤੇ ਲੋਕਾਂ ਦਾ ਅਨਡਿਸਿਪਲਿਨ ਹੋਣਾ, ਕੀ ਜਾਮਾਂ ਨੂੰ ਮੁਕਤੀ ਦਵਾਏਗਾ ਜਾਂ ਨਹੀਂ ਦਵਾਏਗਾ। ਇਸੇ ਨਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।